ਫਾਈਨਲੀ ਮੋਹ ਫਿਲਮ ਰੀ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਦੀ ਡਿਮਾਂਡ ਮੇਕਰਜ਼, ਇਹ ਫਿਲਮ ਦੇ ਡਾਇਰੈਕਟਰ, ਇਹ ਫਿਲਮ ਦੇ ਐਕਟਰਸ ਨੂੰ ਬਹੁਤ ਜ਼ਿਆਦਾ ਆ ਰਹੀ ਸੀ ਕਿ ਇਹ ਫਿਲਮ ਨੂੰ ਜਾਂ ਤਾਂ OTT 'ਤੇ ਰਿਲੀਜ਼ ਕਰੋ ਜਾਂ ਇਹ ਫਿਲਮ ਨੂੰ ਰੀ ਰਿਲੀਜ਼ ਕਰੋ। ਇਹ ਫਿਲਮ ਜੋ ਹੈ ਬਹੁਤ ਹੀ ਅਲੱਗ ਫਿਲਮ ਸੀ। ਗੀਤਾ ਬਿੰਦਰਖੀਆ ਅਤੇ ਸਰਗੁਣ ਮਹਿਤਾ ਦੋਨਾਂ ਨੇ ਹੀ ਬਹੁਤ ਵਧੀਆ ਪਰਫੋਰਮੈਂਸ ਕੀਤੀ ਸੀ ਇਹ ਫਿਲਮ ਦੇ ਵਿੱਚ, ਬਟ ਇਹ ਫਿਲਮ ਨੂੰ ਉਹ ਸਕਸੈਸ ਨਹੀਂ ਮਿਲੀ ਜੋ ਕਿ ਇਹ ਫਿਲਮ ਡਿਜ਼ਰਵ ਕਰਦੀ ਸੀ। ਇਸ ਲਈ ਮੇਕਰਸ ਥੋੜ੍ਹਾ ਜਿਹਾ ਡਰ ਰਹੇ ਸੀ ਇਹ ਫਿਲਮ ਨੂੰ ਰੀ ਰਿਲੀਜ਼ ਕਰਨ ਦੇ ਲਈ, ਕਿਉਂਕਿ ਜਦੋਂ ਇਹ ਫਿਲਮ ਫਸਟ ਰਿਲੀਜ਼ ਹੋਈ ਸੀ ਉਦੋਂ ਲੋਕਾਂ ਨੇ ਨਹੀਂ ਦੇਖੀ ਤਾਂ ਮੇਕਰਸ ਦੇ ਦਿਮਾਗ ਦੇ ਵਿੱਚ ਇੱਕ ਚੀਜ਼ ਤਾਂ ਹੁੰਦੀ ਹੈ ਕਿ ਦੂਜੀ ਵਾਰ ਆਪਾਂ ਰਿਲੀਜ਼ ਕਰ ਰਹੇ ਹਾਂ ਫਿਲਮ ਨੂੰ, ਉਦੋਂ ਕਿਉਂ ਲੋਕ ਦੇਖਣਗੇ। ਬਟ ਅੱਜ ਕੱਲ੍ਹ ਜੋ ਹੈ ਰੀ ਰਿਲੀਜ਼ ਦਾ ਟ੍ਰੈਂਡ ਕਾਫੀ ਜ਼ਿਆਦਾ ਚੱਲ ਰਿਹਾ, ਜਿਵੇਂ ਕਿ ਤੁੰਬਾ ਫਿਲਮ ਦੇਖਣ ਨੂੰ ਮਿਲੀ। ਇਹ ਫਿਲਮ ਜੋ ਕਿ 2018 ਵਿੱਚ ਪਹਿਲਾਂ ਰਿਲੀਜ਼ ਹੋਈ ਸੀ ਉਦੋਂ ਇਹ ਫਿਲਮ ਨੂੰ ਇੰਨੀ ਸਕਸੈਸ ਨਹੀਂ ਮਿਲੀ, ਬਟ ਹੁਣ ਸੈਕਿੰਡ ਟਾਈਮ ਜਦੋਂ ਇਹ ਫਿਲਮ ਰੀ ਰਿਲੀਜ਼ ਹੋ ਰਹੀ ਹੈ ਤਾਂ ਇਹ ਫਿਲਮ ਨੇ ਬਹੁਤ ਲਾਜਵਾਬ ਕਲੈਕਸ਼ਨ ਕੀਤੀ ਹੈ ਬਾਕਸ ਆਫਿਸ 'ਤੇ। ਸੋ ਇਸ ਲਈ ਮੇਕਰਸ ਨੇ ਡਿਸਾਈਡ ਕੀਤਾ ਕਿ ਇਹ ਫਿਲਮ ਨੂੰ ਰੀ ਰਿਲੀਜ਼ ਆਪਾਂ ਕਰ ਸਕਦੇ ਹਾਂ। ਥੋੜ੍ਹੀ ਹੀ ਜਗ੍ਹਾ 'ਤੇ ਫਿਲਮ ਰੀ ਰਿਲੀਜ਼ ਹੋ ਰਹੀ ਹੈ, ਅੱਗੇ ਜਾ ਕੇ ਅਗਰ ਰਿਸਪੋਂਸ ਵਧੀਆ ਹੋਇਆ ਆਡੀਅੰਸ ਦਾ ਤਾਂ ਜੋ ਹੈ ਉਹ ਹੋਰ ਵਧਾ ਦੇਣਗੇ ਸ਼ੋਅਜ਼। ਇਹ ਫਿਲਮ ਦੇ ਡਾਇਰੈਕਟਰ ਉਹ ਨੇ ਜਿਨ੍ਹਾਂ ਨੇ ਰਾਈਟ 'ਤੇ ਡਾਇਰੈਕਟ ਕੀਤਾ ਸੀ ਜੱਟ ਐਂਡ ਜੂਲੀਅਟ 3, ਕਿਸਮਤ 1, ਕਿਸਮਤ 2, ਸੁਫਨਾ ਜਿਹੀਆਂ ਫਿਲਮਾਂ ਨੂੰ। ਜਗਦੀਪ ਸਿੱਧੂ ਨੇ ਜੋ ਹੈ ਹੁਣ ਬਾਲੀਵੁੱਡ ਦੇ ਵਿੱਚ ਵੀ ਰੀਸੈਂਟਲੀ ਕੰਮ ਕੀਤਾ ਹੈ, ਜਿਵੇਂ ਸ਼੍ਰੀਕਾਂਤ ਫਿਲਮ ਦੇਖਣ ਨੂੰ ਮਿਲੀ ਸੀ ਜਿਹੜੀ ਰਾਜਕੁਮਾਰ ਰਾਓ ਦੀ, ਉਹ ਫਿਲਮ ਦੇ ਵੀ ਰਾਈਟਰ ਸੀਗੇ ਜਗਦੀਪ ਸਿੱਧੂ। ਅਤੇ ਹੁਣ ਉਹਨਾਂ ਦੀ ਐਜ਼ ਰਾਈਟਰ ਇੱਕ ਹੋਰ ਫਿਲਮ ਆ ਰਹੀ ਹੈ ਸਨ ਆਫ ਸਰਦਾਰ 2, ਜਿਹਦੇ ਵਿੱਚ ਅਜੇ ਦੇਵਗਨ ਦੇਖਣ ਨੂੰ ਮਿਲਣਗੇ। ਹੁਣ ਆਪਾਂ ਆਪਣੇ ਟੌਪਿਕ 'ਤੇ ਵਾਪਸ ਆਉਂਦੇ ਹਾਂ, ਮੋਹ ਫਿਲਮ ਕਦੋਂ ਰਿਲੀਜ਼ ਹੋ ਰਹੀ ਹੈ ਅਤੇ ਕਿੱਥੇ ਕਿੱਥੇ ਰਿਲੀਜ਼ ਹੋ ਰਹੀ ਹੈ। ਮੋਹ ਫਿਲਮ ਨੂੰ ਰੀ ਰਿਲੀਜ਼ ਕੀਤਾ ਜਾਊਗਾ 4 ਅਕਤੂਬਰ ਨੂੰ। ਇਹ ਫਿਲਮ ਜੋ ਹੈ ਚੰਡੀਗੜ੍ਹ, ਜਲੰਧਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਖੰਨਾ ਅਤੇ ਮੋਹਾਲੀ ਵਿੱਚ ਜੋ ਹੈ ਦੇਖਣ ਨੂੰ ਮਿਲੂਗੀ। ਜਿਵੇਂ ਕਿ ਮੈਂ ਦੱਸਿਆ, ਅਗਰ ਇਹ ਫਿਲਮ ਦਾ ਰਿਸਪੋਂਸ ਵਧੀਆ ਹੋਇਆ ਤਾਂ ਮੇਕਰ ਜੋ ਹੈ ਡਿਸਾਈਡ ਕਰਨਗੇ ਕਿ ਹੋਰ ਜਗ੍ਹਾ 'ਤੇ ਵੀ ਇਹ ਫਿਲਮ ਨੂੰ ਰੀ ਰਿਲੀਜ਼ ਕੀਤਾ ਜਾਊਗਾ। ਮੇ ਬੀ ਜੋ ਹੈ ਹੁਣ ਇਹ ਮੇਕਰਸ ਇੱਕ ਹੋਰ ਸਿਟੀ ਨੂੰ ਐਡ ਕਰ ਦੇਣ, ਜਿਵੇਂ ਕਿ ਦਿੱਲੀ। ਸੋ ਇਹ ਹੈ ਅਪਡੇਟ ਮੋਹ ਫਿਲਮ ਦੀ ਰੀ ਰਿਲੀਜ਼ ਦੇ ਉੱਤੇ। ਜਾ ਕੇ ਦੇਖੋ ਅਗਰ ਤੁਸੀਂ ਫਿਲਮ ਨਹੀਂ ਦੇਖੀ ਅਤੇ ਕੁਛ ਨਵਾਂ ਐਕਸਪੀਰੀਅੰਸ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਦੇਖਿਓ ਫਿਲਮ ਨੂੰ। ਮਿਲਦਾ ਹੈ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਇਹੋ ਜਿਹੀਆਂ ਵੀਡੀਓਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਰੱਬ ਰਾਖਾ।